ਦਾ ਡਮਾਲੇ ਦਰਬਾਰ ਅੱਜ ਈਦ ਨਾ ਮੁਬਾਰਕ ਦਿਨ ਹੈ। ਅੱਲਾ ਪਾਕ ਹੋਰ ਅੱਲਾ ਨੇ ਵੱਲੀ ਮੇਕੀ ਤਫੀਕ ਦੇਣ ਕਿ ਈਦ ਤੋਂ ਫੌਰਨ ਬਾਅਦ ਜਿੰਨਾ ਭਾਈਜਾਨ ਵਾਅਦਾ ਕੀਤੇ ਆ ਕਿ ਇਸ ਦਰਬਾਰ ਨਾਲ ਕੰਮ ਸਟਾਰਟ ਕਰਨਾ ਜ਼ਿੰਮੇਵਾਰੀ ਉਹਨਾਂ ਮਾੜੀ ਲਾਈ ਹੈ ਅਤੇ ਅੱਗੇ ਅੱਲਾ ਨੇ ਜ਼ਾਤ ਉਹਨਾਂ ਭਾਈਆਂ ਹੀ ਇਹਨਾਂ ਚੀਜ਼ਾਂ ਨਾਲ ਸਲਾਹ ਦੇਣ ਔਰ ਅੱਲਾ ਨੇ ਨੇਕ ਵੱਲੀ ਅੱਲਾ ਨੇ ਨੇਕ ਬੰਦੇ ਇਜਾਜ਼ਤ ਦੇਣ ਕਿ ਮੈਂ ਈਦ ਬਾਅਦ ਇਸ ਦਰਬਾਰ ਨਾਲ ਕੰਮ ਅੱਲਾ ਨੇ ਹੁਕਮ ਹੈ ਅੱਲਾ ਨੇ ਹੁਕਮ ਹੈ ਉਹ ਨਾ ਭਾਈਰਾਂ ਨਾ ਤਾਵੁਨ ਹੋਇਆ ਅਤੇ ਰੱਬ ਸੋਹਣੇ ਨੇ ਮਾੜਾ ਹੁਕਮ ਹੋਇਆ ਅਤੇ ਇਹਨਾਂ ਨੇਕ ਵਾਲੀਆਂ ਨੇ ਅਗਰ ਇਜਾਜ਼ਤ ਹੋਈ ਨਿਕਾਹ ਕਰਮ ਹੋਇਆ ਅਤੇ ਜ਼ਰੂਰ ਈਦ ਫੌਰਨ ਬਾਅਦ ਇਸ ਦਰਬਾਰ ਨਾਲ ਕੰਮ ਅੱਲਾ ਨੇ ਹੁਕਮ ਹੈ ਅੱਲਾ ਨੇ ਹੁਕਮ ਹੈ ਸਟਾਰਟ ਹੋ ਸੀ ਬਿਸਮਿਲ੍ਲਾਹਿਰਰਹਿਮਾਨ ਰਹੀਮ ਅਸਲਾਮ ਅਲੈਕੁਮ ਦੋਸਤੋ ਮੈਂ ਉਮੀਦ ਕਰਨਾ ਸ਼ਾਇਦ ਹੋ ਠੀਕ ਠਾਕ ਹੋ ਸਕਦਾ ਸਨ ਆਪਣਾ ਕਾਜ਼ੀ ਰਿਜ਼ਵਾਨ ਆਪਣੇ ਯੂਟਿਊਬ ਚੈਨਲ ਕਾਜ਼ੀ ਰਿਜ਼ਵਾਨ ਦੇ ਕਿਨਾਰੇ ਹਾਜ਼ਰ ਹੈ ਬਤਾ ਮੈਂ ਮੌਜੂਦ ਹਾਂ ਨਿਊ ਸਿਟੀ ਈਦ ਮੁਬਾਰਕ ਅਦਾ ਕੀਤੀ ਹੈ ਈਦ ਮੁਬਾਰਕ ਤੋਂ ਬਾਅਦ ਕਬਰਸਤਾਨ ਕਬਰਸਤਾਨ ਹੱਸਦੀ ਹੈ ਜਿੱਥੇ ਇਸ ਦੁਨੀਆਂ ਪਰ ਲਗੇਗੇ ਜਿਸਨੇ ਲਗੇਗੇ ਜਿਹਨਾਂ ਵਾਸਤੇ ਕੋਈ ਦੁਆ ਹੀ ਮੰਗਣੇ ਦਾ ਨਹੀਂ ਅੱਲਾ ਇਜਾਤ ਉਹਨਾਂ ਨਾਲ ਆਖਰ ਜਾਂ ਚੰਗਾ ਕਰਨ ਉਹ ਕੱਪੜ ਨੇ ਮੰਜ਼ਲਾਂ ਸੰਦ ਕਰਨ ਅਤੇ ਜੁੜਨੇ ਕਬਰਸਤਾਨ ਤੁਸੀਂ ਉੱਥੇ ਨੇ ਵੀਡੀਓ ਦੱਸ ਕਬਰਸਤਾਨ ਠੀਕ ਹੈ ਉੱਥੇ ਨੇ ਤੁਸੀਂ ਵੀਡੀਓ ਦੱਸ ਸਕਿਓ ਕਿ ਅਸਾਂ ਪਹਿਲੇ ਮੁਸਲਮਾਨ ਈਦ ਮੁਬਾਰਕ ਅਦਾ ਕਰਨੇ ਈਦ ਮੁਬਾਰਕ ਅਦਾ ਕਰਨੇ ਤੋਂ ਬਾਅਦ ਕਬਰਸਤਾਨ ਆਪਣੇ ਪਿਆਰੇ ਨੇ ਕਬਰਾਂ ਉੱਪਰ ਔਰ ਦੁਆ ਮੰਗਣੇ ਈਦ ਮੁਬਾਰਕ ਹੈ ਅਤੇ ਦੁਆ ਮੰਗਣੇ ਅੱਲਾ ਜ਼ਾਤ ਉਹਨਾਂ ਨਾਲ ਆਖਰੀ ਜਾਨ ਚੰਗਾ ਕਰਨ ਅਤੇ ਉਸ ਤੋਂ ਬਾਅਦ ਜੁੜਨੇ ਕਬਰਸਤਾਨ ਮੈਂ ਆਪਣੇ ਨਾਨੇ ਦੀ ਕਬਰ ਹੈ ਠੀਕ ਹੈ ਬਾਕੀ ਜਿਤਨੇ ਜਿਨ੍ਹਾਂ ਵਾਸਤੇ ਕੋਈ ਨਹੀਂ ਇੱਥੇ ਦੁਆ ਮੰਗਣੇ ਲਾ ਜਾਂ ਜਿਨ੍ਹਾਂ ਵਾਸਤੇ ਕੋਈ ਨਹੀਂ ਇੱਥੇ ਆਉਣੇ ਲਾ ਕਬਰਸਤਾਨ ਅੱਲਾ ਜ਼ਾਤ ਉਹਨਾਂ ਨਾਲ ਆਖਰੀ ਜਾਨ ਚੰਗਾ ਕਰਨ ਉਹ ਕਬਰ ਨੇ ਮੰਜ਼ਲਾਂ ਆਸਾਨ ਕਰਨ ਬਾਕੀ ਜਿੱਥੇ ਜਿੱਥੇ ਅੱਜ ਦਿਨ ਗੁਜ਼ਰ ਸੀ ਇਹ ਨਾਲੋ ਨਾਲ ਤੁਸੀਂ ਦੱਸਾਂ ਅਤੇ ਇਸ ਵੇਲੇ ਮੈਂ ਕਬਰਸਤਾਨ ਮੌਜੂਦ ਹਾਂ ਸੋਹਣੇ ਦਿਆ ਜ਼ਿਕਰਾ ਬਿਸਮਿਲ੍ਲਾ ਮੇਰੇ ਨਬੀ ਦਿਆ ਜ਼ਿਕਰਾ ਬਿਸਮਿਲ੍ਲਾ ਇਸ ਕਲਮੇ ਦਾ ਪੁੱਛ ਲੈ ਹੁਸੈਨ ਕੋਲੋਂ ਹੁਸੈਨ ਦੀ ਜ਼ੈਨਬ ਭੈਣ ਕੋਲੋਂ ਯਾ ਹੁਸੈਨ ਦੀ ਜ਼ੈਨਬ ਭੈਣ ਕੋਲੋਂ ਸੁਗਰਾ ਦੇ ਰੋਂਦੇ ਨੈਣ ਕੋਲੋਂ ਸੁਗਰਾ ਦੇ ਰੋਂਦੇ ਨੈਣ ਕੋਲੋਂ ਅੱਜ ਕੁਛ ਮੁਸਾਫਿਰ ਕਰ ਚੱਲਿਆ ਅਸਲ ਵਤਨ ਦੇ ਵੱਲ ਚੱਲਿਆ ਡਮਾਲੇ ਪੁੱਜੀ ਹੋਏ ਜੀ ਇਹ ਕਬਰਸਤਾਨ ਪਰ ਦੁਆਵਾ ਮੰਗਸਾਂ ਦਰਬਾਰ ਪਰ ਜੁਲਸਾਂ ਠੀਕ ਹੈ ਉਸ ਤੋਂ ਬਾਅਦ ਥੋੜ੍ਹੇ ਡਮਾਲਾਂ ਦੀ ਵੀਡੀਓ ਤੁਸੀਂ ਦੱਸਣੇ ਹੋ ਜਿੱਥੇ ਡਮਾਲਾਂ ਦੇ ਉੱਪਰ ਦੇਸੀ ਆ ਤਾਂ ਕੁਝ ਕਣਕਾਂ ਇਹ ਕਣਕ ਲੱਗੀ ਹੈ ਜਨਾਜ਼ਾ ਗਾਹ ਵਿੱਚ ਠੀਕ ਹੈ ਉਸ ਤੋਂ ਬਾਅਦ ਇਹ ਬੜਾ ਕਬਰਸਤਾਨ ਅੱਲਾ ਪਾਕ ਜਿੱਥੇ ਹੀ ਮਾਰੂਮ ਉਹਨੇ ਸਭ ਜਨਤ ਫਰਦੋਸ ਵਾਲਾ ਮੁਕਾਮ ਤੱਕ ਜਿਨ੍ਹਾਂ ਵਾਸਤੇ ਕੋਈ ਨਹੀਂ ਦੁਆ ਮੰਗਣੇ ਲਾ ਜਿਨ੍ਹਾਂ ਵਾਸਤੇ ਕੋਈ ਇੰਨੀ ਅੱਲਾ ਪਾਕ ਉਹਨਾਂ ਨਾਲ ਆਖਰੀ ਜਾਣ ਚੰਗਾ ਕਰਨ ਮੈਂ ਇੱਕ ਖੁਆਇਸ਼ ਸੀ ਉਸ ਦਰਬਾਰ ਨੇ ਕਿ ਉਹ ਤਾਂ ਅਮੀਰ ਹੋਵੇ ਲੇਕਿਨ ਉਹ ਮੈਨੂੰ ਯਕੀਨ ਹੈ ਕਿ ਇਹਦੀ ਬਾਅਦ ਉਸਦਾ ਕੰਮ ਸਟਾਰਟ ਮੈਂ ਕਰਾਸਾਂ ਗੱਲਬਾਤ ਹੋ ਗਈ ਹੈ ਅੱਲਾ ਪਾਕ ਅਗਰ ਅੱਲਾ ਨੇ ਵੱਲੀਆਂ ਇਜਾਜ਼ਤ ਦਿੱਤੀ ਤਾਂ ਉਸ ਦਰਬਾਰ ਨਾਲ ਕੰਮ ਸਟਾਰਟ ਹੋ ਸੀ ਉਸ ਤੋਂ ਬਾਅਦ ਮਾੜੀ ਕਿਸਰਤ ਹੈ ਐਸ ਹੁਣ ਕਬਰਸਤਾਨ ਨਹੀਂ ਹੈ ਅਗਰ ਕੋਈ ਬੰਦਾ ਡਮਾਲ ਨਾ ਖਾਸ ਕਰੀ ਤਾਂ
अगर करना चाहे कि मार दिल के इस कब्रस्तान वाकई एक इंच पैर रखने की जगह नहीं है। ये सब पता कि इतू जितू मैं गुजरने लगे हाँ इतना बिल्कुल पैर रखने की जगह नहीं है। कब्र के कब्र अगर जिन्होंने ना निशान जिन्होंने पिछले वारिस नहीं मौजूद सिर्फ और सिर्फ जितनिया इतने कब्र हैं अगर कोई बंदा उतू सपोर्ट करे तो इस कब्रस्तान या जितनिया कब्र हैं उतनिया वो पक्या कराई जोड़ा ठीक है। बाकी जुड़ने कब्रस्तान तो जिंदगी रही तो इस दरबार ना कम इदियो बाद अल्लाह ने हुक्म है अल्लाह ने हुक्म है स्टार्ट करा सा। सोने दया जिकरा बिस्मिल्ला मेरे नबी दया जिकरा बिस्मिल्ला इस कल में तो पूछ ले हुसैन को लू हुसैन दी ज़ैनब पेड़ को लूं या हुसैन दी ज़ैनब पेड़ को लूं सुगरा दे रोंदे नैण को लूं सुगरा दे रोंदे नैण को लूं डमाले दरबार अज ईद ना मुबारक दिन है। अल्लाह पाक और अल्लाह ने वली मिकी तफीक देन के ईद तो फौरन बाद जिन्ना भाई जान वादा किते आ के इस दरबार ना कम स्टार्ट करना जिम्मेवारी उन्ना माड़ी लाई है ते अगे अल्लाह ने जात उन्ना भाइयों ही इन्ना चीज़ा ना सलाह देन और अल्लाह ने नेक वली अल्लाह ने नेक बंदे इजाजत दें कि मैं ईद बाद इस दरबार ना कम अल्लाह ने हुक्म है अल्लाह ने हुक्म है और ना पाई ना तावन होया ते रब सोने ने माड़ा हुक्म होया ते इन्ना नेक वलिया नी अगर इजाजत हो निकाह करम होया ते जरूर ईद फौरन बाद इस दरबार ना कम अल्लाह ने हुक्म है अल्लाह ने हुक्म है स्टार्ट उसी जरूर डमाला लियो के मारी अख्वाह सी ते भाई जिन्हें राबता किता अल्लाह पाक इन्ना कमाना उन्हें उन्हें अज देन जिस मैं अपने वीडियो ख्वाहिश ना इजहार किया सदा उन्हें भाई ना बड़े खलूस और प्यार अपना इजहार किया उन्हें आया कि मारी ही अख्वाह सी कि मैं इसी तमीर करा ते बड़ी मेहरबानी भाई जान मैं तुसा ना ना किन्ना क्योंकि तुसा आया से ना नहीं किन्ना लेकिन वीडियो एक मैं इत्थे आया ते इया ईद ने दिन ने तफैल मैं इन्ना अल्लाह ने नेक वलियां कोलो दुआ करसा और मैं दुआ गो होसा के है अल्लाह ने नेक वलियो मिकी इजाजत दियो ताकि मैं इस कम स्टार्ट करी छोड़ा भाई जान आने सन के इस चीज़ पर तुसा करना इत्थे कमरा बनाना लेकिन जी माड़ी ख्वाहिश सी ये तो हूँ जो कम स्टार्ट उसी या उल्लै पता लग सी क्या करने हैं लेकिन माड़ी एक ख्वाहिश सी इसी चार फेरी सफाई की जाए ठीक है तकरीबन दो दो त्रै तो फुट इस पर चार फेरे दीवार काफ़ी जगह दीवार फेरी तो उस तो बाद इसी छोटा दरवाज़ा कब्र मुबारक ठीक कराई तो उस तो बाद इसे अंदर टैल या पत्थर किज भी लवाई जोड़ा ते तकने जिस तरीके नाल भाई समसा वीडियो उन्हें तकी कहती उसी वीडियो मैं बनाई है इस विच उन्हें गैस हो गया सी ते बाकी अगर कोई दमाला ना अगर कोई विच मशवरा देना 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 तो दे सकना लेकिन कमे रुकावट प्लीज वैसे नेक कमां च ऐसे कोई बंदा नहीं है जो रुकावट बने माशाल्लाह एक तो एक सुलझे आ ते अगर कोई मशवरा देना चाहना तो वह दे सकना एक टैंकी है एक टैंकी है जी इस अपड़ू लानी है बाकी छत है बाकी अंदर हूँ अगर रोशनी हुई तो कब्र मुबारक है तकी किनू ठीक है कब्र मुबारक है
ठीक है, इसी तैयार करिए, छत वगैरह लाई ते इसी तकरीबन इस जगह तू चार फिर दीवार सोनी जी बनाई ते इसका कम स्टार्ट करना। ते बस दुआ जरूर करे ते अल्लाह ने वली ये अगर इजाजत दीती ने ते अल्लाह ने हुक्म है, अल्लाह ने हुक्म है। ते भाई जान जिन्ना तुसा मेरे नाल वादा किया तुसा रमजान स्टार्ट कराया, लेकिन रमजान ही वजह तू मैं मुश्किल सी मैं स्टार्ट नहीं कराई। ते तुसा ने वादा किया कि एदी बाद फौरन बार मैं कम इस स्टार्ट कराया। ते अल्लाह ने हुक्म है, तुसा तावन होना चाहिए ना इन्ना चीज़ा ना अज्जर अल्लाह इजाजत देने है ते बंदा कोई नहीं देई सकना। ते माड़े को जित्थे जियां होया मैं अगर माली हेल्प ना करी सकिया ना लाई सकिया, लेकिन टेम टेम और सारी डिफ्टी अल्लाह ने हुक्मा कियां कि माड़ी बहुत बड़ी ख्वाहिश सी। हुण उस कब्रस्तान की ख्वाहिश है वह ही अगर कोई डमाला ना, अगर कोई डमाला ना उस ख्वाहिश माड़ी पूरी करे। निगरानी माड़ा कम है, एक एक रुपये ना हिसाब देना माड़ा कम है, ए ठीक है। अल्लाह जात रिजक सोना पहली देनी सी तो हूँ ही देनी है, शुक्र अलहमदा। सिर्फ ये माड़िया ख्वाहिशा जिंदगी विच अगर इंसान ने जिंदगी विच ये चीज़ा कम अच्छी कल की इंसान ना सिर्फ अगर रहना बाकी ना ही रहना, ठीक है। अगर कोई चंगा कम कित उसी तो वैसे आने तो दुनिया ये आरजी है हर बंदे की पता। तो मैं इे पैगाम दसा तो ठीक है दोस्तों, मैं हूँ इजाजत दे मैं डुमाले मौजूद सा। तो तुसा दुआ करे कि अल्लाह ने नेक वाली मारे जे गुनाहगार की इजाजत दे छोड़न ताकि मैं कम स्टार्ट करा। फैजपुर शरीफ पुजी हैं जी अपने टमालना तो बाद कब्रस्तान तो बाद, ठीक है। आफत साकब साहब ने दुकान नंबर कुछ गए आफत साकब साहब आपू है आफत साकब साहब ने दुकान नंबर पहुंची आए हैं जी, ठीक है। माशाल्लाह माशाल्लाह अल्लाह जात इन्होंने कारोबार तरक्की कर मजीद कामयाबियां ताकि माशाल्लाह। आफत साहब बहुत बहुत मुबारक है, बहुत बहुत मुबारक है, अल्लाह पाक सही कमयाब है जी। क्या ना ईद मुबारक। खैर मुबारक, खैर मुबारक, ठीक है, ठीक ठाक जब तक मेहरबानी। ते फैजपुर शरीफ पुजी आए जी, अस्सलाम वालेकुम सर, ईद मुबारक। खैर मुबारक, बहुत बहुत मुबारक। वापसी है ਹੁਣ ਦੁਕਾਨ ਨਾ ਬਣੀ ਆ ਅਸਾ ਹੁਣ ਬਸ ਅਸਾ ਵੀ ਜਾਈ ਨਹੀਂ ਆ ਤਾ ਕੋ ਮੰਦਾ ਲਾ ਲੈ ਡਿਗਣਾ ਸੋ ਫਿਰ ਨਾ ਆਪਣੀ ਉਹ ਦੇ ਨਾਲ ਸਮਝ ਹੋਦੇ ਆ ਬੰਦਿਆਂ ਨਾਲ ਅੱਛੀ ਤਰ੍ਹਾਂ ਅਸਾ ਅਸਾ ਹੁਣ ਦੇਖੋ ਸੰਗ ਬਹੁਤ ਬਹੁਤ ਕੁਝ ਨਾ ਕੁਝ ਬਹੁਤ ਸ਼ੁਕਰੀਆ ਸਰ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਖੈਰ ਮੁਬਾਰਕ।